بسم اللہ الرحمن الرحیم یا کنابودو ویا ک نستعین السلام علیکم جی اللہ دے فجر نال اللہ دے کرم نال امید ہے تسی وی خیر و خیریت نال اوویں گے اللہ تعالی تانوں بیماریاں تو پریشانیاں تو محفوظ رکھے آمین تسی دیکھ دے اپنا یوٹیوب چینل ایگری کھانے والا مہم محمد عمران ہاں جی جی بھائی جی تھانو اج تا کوئی نوویں یعنی کہ بیج دا وزٹ کراوانگے بی کیڑے دا وزٹ کرونے او وی تھانو دس دے ہاں ਤੇ ਕੁਛ ਤੁਹਾਨੂੰ ਆਪੇ ਕਪਾਹ ਦਾ ਵਿਜ਼ਿਟ ਕਰਾਵਾਂਗੇ ਵੀ ਉਹ ਕਿਹੜੀ ਕਪਾਹ ਆਈ ਹੋਈ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਆਓ ਚੱਲੀਏ ਹਾਂਜੀ ਜੀ ਬਾਈ ਜੀ ਵੀ ਵਿਜ਼ਿਟ ਕੀ ਕਰਵਾਵਾਂਗੇ ਤੁਹਾਨੂੰ ਆਪੇ ਕਪਾਹ ਵੀ ਵਿਖਾਉਨੇ ਆ ਕੋਈ ਹੋਰ ਵੀ ਫਸਲ ਦਿਖਾਉਨੇ ਉਹ ਵੀ ਨਵੇਂ ਵੀ ਆਇਆ ਵਾ ਉਹ ਵੀ ਉਹਦਾ ਵੀ ਵਿਜ਼ਿਟ ਕਰੋਨੇ ਤੁਹਾਨੂੰ ਦਿਖਾਉਨੇ ਆ ਆਓ ਚੱਲੀਏ ਕਪਾਹ ਪਹਿਲੇ ਕਪਾਹ ਤੁਹਾਨੂੰ ਵਿਖਾਉਨੇ ਆ ਉਹਦਾ ਵੀ ਵੀ ਦੱਸਦੇ ਆ ਕਿਹੜਾ ਵੀ ਆ ਤੇ ਫਿਰ ਉਸ ਤੋਂ ਬਾਅਦ ਫਿਰ ਅਗਲੀ ਫਸਲ ਹਲ ਚਾਲਦੇ ਹਾਂ ਹਾਂਜੀ ਜੀ ਬਾਈ ਜੀ ਆ ਤਾਂ ਮਾਸ਼ੱਲਾ ਕਪਾਹ ਉਗ ਰਹੀ ਆ ਸੋਹਣੀ ਉਗ ਰਹੀ ਆ ਅੱਲਾ ਵੀ ਉਹਨਾਂ ਦੀ ਕਿਸਮਤ ਚੁੱਕ ਰਹੇ ਤੇ ਬਾਈ ਜੀ ਆਪਾਂ ਤਾਂ ਨਾ ਦਵਾਈ ਮੰਗੀ ਰੱਖੀ ਦੀ ਆ ਬਿਹਾਰ ਕਿਸੇ ਦੀ ਫਸਲ ਦੇ ਕੇ ਦੇਖ ਕੇ ਇਸੇ ਤਰੀਕੇ ਨਾਲ ਮਾਸ਼ਾਅੱਲਾ ਸੋਹਣੀ ਉਗਰੀ ਆ ਪਿਆਰੀ ਉਗਰ ਆਈ ਆ ਦੇਖੋ ਨਾ ਕੁਛ ਤਾਂ ਹਜੇ ਨਿਕਲਦੀ ਵੀ ਪਈ ਆ ਵੀ ਇਸੇ ਤਰੀਕੇ ਨਾਲ ਹੀ ਸਾਰੀ ਮਾਸ਼ਾਅੱਲਾ ਇੱਕੋ ਜੀ ਆ ਕੋਈ ਵੀ ਨਹੀਂ ਇਹਦੇ ਚੋਂ ਵੀ ਜਰਮੀਨੇਸ਼ਨ ਵੀ ਜੀ ਹਾਂ ਜੀ ਜੀ ਵੀ ਜਰਮੀਨੇਸ਼ਨ ਕੱਟ ਹੋਵੇ ਜਰਮੀਨੇਸ਼ਨ ਵੀ ਠੀਕ ਆ ਤੇ ਤੁਹਾਨੂੰ ਆਪਾਂ ਵੀ ਵੀ ਦੱਸਦੇ ਆ ਕਿ ਕਿਹੜਾ ਵੀ ਆ ਦੇ ਲੇਕਨ ਇਹਦਾ ਥੋੜਾ ਜਿਹਾ ਸੈਜ਼ ਜਿਹੜਾ ਉਹ ਖੇਲਦਾ ਉਹ ਖੁੱਲਾ ਵੀ ਆ ਤੇ ਬਲਕਿ ਕਪਾਵਾਸੇ ਤੇ ਠੀਕ ਹੀ ਹੈ ਮੇਰਾ ਖਿਆਲ ਹਾਂਜੀ ਜੀ ਬਾਈ ਜੀ ਵੀ ਆਪਾਂ ਨਾ ਦੱਸੀ ਤੇ ਰੱਖੀਦਾ ਵਾ ਵੀ ਇਹਦੇ ਪੱਟਲ ਦੇ ਵਿੱਚ ਥੋੜਾ ਜਿਹਾ ਕੋਈ ਫਰਕ ਰੱਖਿਆ ਜਾਵੇ ਜਾਂ ਇਹਨੂੰ ਖੁੱਲਾ ਕੀਤਾ ਜਾਵੇ ਜਾਂ ਪੀੜਾ ਕੀਤਾ ਜਾਵੇ ਤੇ ਮੇਰੇ ਭਰਾਵਾਂ ਜ਼ਿੰਮੇਦਾਰਾਂ ਜੱਟਾਂ ਦੋਸਤਾਂ ਮੇਰੇ ਵੀਰਾਂ ਮੇਰੇ ਮਿੱਤਰਾਂ ਨੇ ਕਿਹੜਾ ਵੀ ਮੇਰੀ ਮੰਨਣੀ ਹੁੰਦੀ ਉਹਨਾਂ ਨੇ ਤੇ ਬਾਈ ਜੀ ਆਪਦੀ ਮਰਜ਼ੀ ਕਰਨੀ ਹੁੰਦੀ ਹੈ ਤੇ ਆਪਦੀ ਮਰਜ਼ੀ ਨਾਲ ਹੀ ਹਰ ਬੰਦਾ ਕੰਮ ਕਰੇ ਆਪਾਂ ਨਹੀਂ ਕਹਿੰਦੇ ਕਿ ਬਾਈ ਜੀ ਸਾਡੀ ਮੰਨ ਨਹੀਂ 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 ਇਹ ਗੱਲ ਨਹੀਂ ਆ ਆਪ ਦੀ ਆਪ ਹੀ ਬਾਈ ਜੀ ਜਿੱਦਾਂ ਮਰਜ਼ੀ ਕਰਨੀ ਉਹ ਕਰਨ ਲੇਕਿਨ ਇੱਕ ਪੱਟਲ ਥੋੜਾ ਜਿਹਾ ਵੱਡਾ ਵਾ ਇੱਕ ਥੋੜਾ ਜਿਹਾ ਵੀ ਨਾ ਠੀਕ ਆ ਦੇਖੋ ਨਾ ਵੀ ਆ ਠੀਕ ਆ ਫਿਰ ਵੀ ਕੁਛ ਨਾ ਕੁਛ ਆਹਾ ਪੱਟਲ ਜਿਹੜਾ ਵਾ ਤੇ ਆ ਜਿਹੜਾ ਵਾ ਇਹ ਥੋੜਾ ਜਿਹਾ ਵੱਡਾ ਵਾ ਤੇ ਆ ਖਾਲੀ ਦਾ ਸਾਈਜ਼ ਜਿਹੜਾ ਉਹ ਵੀ ਕਾਫੀ ਜ਼ਿਆਦਾ ਵਾ ਯਾਨੀ ਕਿ ਕ ਖਾਲੀ ਦਾ ਜਿਹੜਾ ਵਾ ਸ਼ਾਇਦ ਉਹ ਵੀ ਜ਼ਿਆਦਾ ਵਾ ਥੋੜਾ ਜਿਹਾ ਘੱਟ ਹੋਣਾ ਚਾਹੀਦਾ ਲੇਕਿਨ ਮੇਰੇ ਜੱਟ ਜ਼ਿੰਮੇਦਾਰ ਭਾਈ ਜਿੱਦਾਂ ਬੀਜੀਆਂ ਜਾਂਦੀਆਂ ਫਸਲਾਂ ਉਦਾਂ ਹੀ ਬੀਜਣ ਆਪਾਂ ਨਹੀਂ ਕਹਿੰਦੇ ਕਿ ਇਦਾਂ ਕਰਨ ਆਪਦੇ ਜ਼ੇਹਨ ਨਾਲ ਆਪਦੇ ਸਾਹਬ ਨਾਲ ਹਰ ਕੋਈ ਬੀਜਦਾ ਹਾਂਜੀ ਜੀ ਜੀ ਭਾਈ ਜੀ ਹਾਂਜੀ ਭਾਈ ਜੀ ਇਹ ਬੀ ਹੈਗਾ ਐਫ ਐਚ 333 ਗਲਾਫੋ ਜਿਹਨੂੰ ਕਿਹਾ ਜਾਂਦਾ ਨਾ ਇਹ ਉਹ ਬੀ ਐਫ ਐਚ 333 ਵੀਡੀਓ ਬਾਈ ਜੀ ਸਾਰੀ ਦੇਖਣਾ ਵੀਡੀਓ ਸ਼ਾਰਟ ਨਾ ਕਰਨਾ ਇਸੇ ਵਾਸਤੇ ਤੁਹਾਨੂੰ ਵੀਡੀਓ ਪਸੰਦ ਆਵੇ ਤੇ ਤੁਸੀਂ ਸ਼ੇਅਰ ਵੀ ਕਰ ਦੇਣਾ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਫੋਲੋ ਕਰਨਾ ਕਮੈਂਟ ਦੇ ਵਿੱਚ ਬਾਈ ਜੀ ਸਲਾਹ ਦਾ 1000 ਲਾਜ਼ਮੀ ਦੱਸਣਾ ਆਓ ਹੁਣ ਅੱਗੇ ਤੁਹਾਨੂੰ ਲੈ ਕੇ ਚੱਲਦੇ ਅੱਗੇ ਤੁਹਾਨੂੰ ਕਿਹੜੀ ਸ਼ਹਿਰ ਦਾ ਵਿਜ਼ਿਟ ਕਰੋਣੇ ਆਓ ਚੱਲੀਏ ਅੱਗੇ ਹਣ ਹਾਂਜੀ ਜੀ ਬਾਈ ਜੀ ਕਪਾ ਤਮਾਸ਼ਾਲਾ ਵੀ ਬੜੀ ਪਿਆਰੀ ਤੇ ਬੜੀ ਅੱਛੀ ਤੇ ਬੜੀ ਖੂਬਸੂਰਤੀ ਆ ਦੋਨਾਂ ਪਾਸਿਓਂ ਵੀ ਮਾਸ਼ਾਅੱਲਾ ਠੀਕ ਲੱਗਾ ਹੋਇਆ ਵਾ ਵੀ ਸੋਣੀ ਉਗਰ ਆਈ ਆ ਦੁਬਾਰਾ ਤੁਹਾਨੂੰ ਇਹਦਾ ਵਿਜ਼ਿਟ ਦੁਬਾਰਾ ਕਰੋਂਦਾ ਪਿਆ ਐਸੇ ਵਾਸਤੇ ਕਰੋਂਦਾ ਪਿਆ ਕਿ ਮੇਰੇ ਜੱਟ ਜ਼ਿਮੀਦਾਰ ਭਰਾ ਵੇ ਲੈਣ ਚੰਗੀ ਤਰ੍ਹਾਂ ਵੀ ਇੰਨਾ ਕੀ ਯਾਨੀ ਕਿ ਬਿਰਖਾ ਹੋਣਾ ਚਾਹੀਦਾ ਦੇਖੋ ਨਾ ਇਹਦੇ ਵਿੱਚ ਵਕਫਾ ਕਈ ਤਾਂ ਭਾਈ ਜੱਟ ਮੇਰੇ ਜ਼ਿਮੀਦਾਰ ਭਰਾ ਮੇਰੇ ਦੋਸਤ ਮੇਰੇ ਮਿੱਤਰ ਜਿਹੜੇ ਆ ਵੀ ਉਹ ਨਾ ਵਕਫਾ ਰੱਖ ਹੁੰਦੇ ਹੀ ਨਹੀਂ ਕਪਾ ਦੇ ਵਿੱਚ ਬਿਲਕੁਲ ਜ਼ਿਆਦੀ ਸੰਗਣੀ ਲਵਾ ਲੈਂਦੇ ਉਹਦਾ ਵੀ ਬਾਈ ਜੀ ਫਾਇਦਾ ਫੂਦਾ ਐਡਾ ਕੋਈ ਨਹੀਂ ਹੁੰਦਾ ਉਹਦਾ ਵੀ ਨੁਕਸਾਨ ਹੀ ਆ ਇਸ ਵਾਸਤੇ ਥੋੜਾ ਜਿਹਾ ਕੋਈ 1.5 ਫੁੱਟ ਦਾ 2 ਫੁੱਟ ਦਾ 1.5 ਫੁੱਟ ਦਾ 2 ਫੁੱਟ ਦਾ ਵਕਫਾ لازਮੀ ਚਿਰ ਖੋਣਾ ਚਾਹੀਦਾ ਜੀ ਹਾਂਜੀ ਹਾਂਜੀ ਜੀ ਬਾਈ ਜੀ ਵੀ ਇਹ ਜਿਹੜਾ ਬੀ ਆ ਨਾ ਗਲਾਫੋ ਗਲਾਫੋ ਦੇ ਨਾਂ ਆਤੀ ਹੈ ਬੀਵੇਂ ਆਂਦੀਆਂ ਕਾਫੀ ਆ ਯਾਨੀ ਕਿ 6-7 ਵੈਰਾਈਟੀਆਂ ਵਾਂ ਬੀ ਦੀਆਂ ਐ ਸੇ ਗਲਾਫੋ ਦੀਆਂ ਤੇ ਇਹਦਾ ਇਹ ਫਾਇਦਾ ਵੀ ਇਹ ਨਾ ਬੰਦਾ ਉੱਤੇ ਕਾ ਦੇ ਉੱਤੇ ਸਪਰੇਸ ਪ੍ਰੂਵ ਹੀ ਕਰ ਲੈਂਦਾ ਤੇ ਇਹਨੂੰ ਅਟੈਕ ਨਹੀਂ ਕਪਨ ਹੁੰਦਾ ਇਸ ਵਾਸਤੇ ਇਹ ਵੀ ਜ਼ਿਆਦੇ ਕਾਮਯਾਬ ਅੱਗੇ ਚੱਲਦੇ ਅੱਗੇ ਤੁਹਾਨੂੰ ਕਿਹੜੀ ਸ਼ਹਿਰ ਦਾ ਵਿਜ਼ਿਟ ਕਰਨੇ ਆਓ ਚੱਲੀਏ ਅੱਗੇ ਹਾਂਜੀ ਬਾਈ ਜੀ ਵੀ ਆਹ ਤਾਂ ਲਸਣ ਆ ਚైనా ਦਾ ਲਸਣ ਆ ਇਹ ਇਹ ਨਹੀਂ ਕਿ ਪਾਕਿਸਤਾਨੀ ਆ ਇਹਦਾ ਤੁਹਾਨੂੰ ਨਾਮ ਹੀ ਦੱਸਦਾ ਕਿ ਕਿਹੜਾ ਨਾਮ ਆ ਇਹ ਖੇਲ ਦੇ ਉੱਤੇ ਹੀ ਲਾਇਆ ਹੋਇਆ ਵਾ ਅੱਗੇ ਆਪਾਂ ਵੀਡੀਓ ਬਣਾਈ ਸੀ ਉਹਦੇ ਵਿੱਚ ਡਾਊਨਲੋਡ ਕੀਤਾ ਸੀ ਲੇਕਿਨ ਉਹ ਲਸਣ ਹੋਰ ਸੀਗਾ ਇਹ ਲਸਣ ਹੋਰ ਆ ਬਲਕਿ ਤੁਹਾਨੂੰ ਆਪਾਂ ਵੀਡੀਓ ਤਬਾਈ ਜੀ ਵੀ ਡਾਊਨਲੋਡ ਕਰਦੇ ਰਹੀ ਰਹਿ ਜਾਈਦਾ ਵਾ ਹਰ ਫਸਲ ਦੇ ਮੁਤਲਕੀ ਕਰੀ ਦੀ ਆ ਇਤਨੀ ਵੀ ਇੱਕ ਦੇ ਨਹੀਂ ਕਰੀਦੀ ਤੇ ਦੂਜੀ ਦੀ ਕਰਤੀ ਆਪਾਂ ਬਾਈ ਜੀ ਫਸਲਾਂ ਦੇ ਮੁਤਲਕੀ ਵੀਡੀਓ ਬਣਾਉਣੇ ਸਾਰੀਆਂ ਫਸਲਾਂ ਦਿਖਾਈ ਦੀਆਂ ਲੇਕਿਨ ਵੈਰਾਈਟੀਆਂ ਦੇ ਵਿੱਚ ਵੀ ਫਰਕ ਹੁੰਦਾ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰੀ ਦੀ ਆ ਇਹ ਵੈਰਾਈਟੀ ਹੋਰ ਆ ਇਹਦਾ ਨਾਮ ਵੀ ਤੁਹਾਨੂੰ ਦਾਸ ਦਾ ਤੇ ਵੈਰਾਈਟੀ ਬੜੀ ਅੱਛੀ ਤੇ ਬੜੀ ਪਿਆਰੀ ਆ ਲੇਕਿਨ ਇਹ ਪਾਕਿਸਤਾਨੀ ਇਹ ਵੀ ਕੋਈ ਨਹੀਂ ਇਹ ਬਾੜ ਦਾ ਚਾਇਨਾ ਦਾ ਬੀ ਆ ਇਹਦਾ ਤੁਹਾਨੂੰ ਦੱਸਦਾ ਕਿ ਕਿਹੜਾ ਬੀ ਆ ਜ਼ਰਾ ਤੁਹਾਨੂੰ ਇਹਦਾ ਵਿਜ਼ਿਟ ਕਰਵਾ ਲਵਾਂ ਅੱਛਾ ਭਾਈ ਜੀ ਦੇਖੋ ਨਾ ਵੀ ਇਹਦੀ ਗੰਦਲ ਦੇਖੋ ਤੇ ਭੂਕ ਦੇਖੋ ਪੱਤਾ ਦੇਖੋ ਇਹਦਾ ਕਿੱਡਾ ਪਿਆਰਾ ਕਿੱਡਾ ਖੂਬਸੂਰਤ ਇਸੇ ਤਰੀਕੇ ਨਾਲ ਹੀ ਜਿਹੜਾ ਵੀ ਪੌਦਾ ਦੇਖੋਗੇ ਤੁਹਾਨੂੰ ਜਿਹੜਾ ਨਾ ਮਾੜਾ ਨਜ਼ਰ ਘਾਟੀ ਆਊਗਾ ਸਾਰੇ ਜਿਹੜਾ ਉਹ ਸਾਰੇ ਲਸਣ ਜਿਹੜਾ ਚੰਗਾ ਵਾ ਅੱਛਾ ਵਾ ਪਿਆਰਾ ਵਾ ਮੋਟੇ ਆ ਸਾਰੇ ਬੂਟੇ ਇਹ ਤੁਹਾਨੂੰ ਬਲਕੇ ਇਹਦਾ ਥੋੜਾ ਜ ਮੈਂ ਤੁਹਾਨੂੰ ਇਹਨੂੰ ਇਹਨੂੰ ਪੱਟ ਕੇ ਵੀ ਤੁਹਾਨੂੰ ਦਿਖਾਉਣਾ ਕਿ ਕਿੱਦਾਂ ਆਂਦੀ ਹੈ ਵੈਰਾਈਟੀ ਆ ਕਿਹੜਾ ਵਾ ਤੇ ਇਹਦਾ ਨਾਮ ਵੀ ਤੁਹਾਨੂੰ ਦੱਸਦਾ ਹਾਂ ਜੀ ਹਾਂ ਜੀ ਜੀ ਬਾਈ ਜੀ ਮੇਰੇ ਚੜ੍ਹਦੇ ਪੰਜਾਬ ਵਾਲੇ ਸਰਦਾਰ ਜੀ ਵੀਰ ਹੋਣੀ ਹੋ ਗਿਆ ਬਾਈ ਜੀ ਤੁਹਾਨੂੰ ਸਲਾਮ ਹੋ ਗਿਆ ਸਸਰੀਕਾਲ ਹੋ ਗਿਆ ਆਈ ਲਵ ਯੂ ਹੋ ਗਿਆ ਬਾਈ ਜੀ ਚੜ੍ਹਦੇ ਪੰਜਾਬ ਵਾਲਿਆਂ ਨੂੰ ਲੈੰਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ ਯੋਰ ਵਾਲਿਆਂ ਨੂੰ ਕੈਨੇਡਾ ਵਾਲਿਆਂ ਨੂੰ ਤੁਰਕੀ ਵਾਲਿਆਂ ਨੂੰ ਦੁਬਈ ਵਾਲਿਆਂ ਨੂੰ ਸਾਊਦੀ ਵਾਲਿਆਂ ਨੂੰ ਜਿੰਨੇ ਮੇਰੇ ਪਾਕਿਸਤਾਨ ਤੋਂ ਭਰਾ ਗੈਰ ਮੁਲਕ ਗਏ ਹੋਏ ਬਾਈ ਜੀ ਉਹਨਾਂ ਨੂੰ ਆਪਣੀ ਤਰਫੋਂ ਸਾਰਿਆਂ ਨੂੰ ਸਲਾਮ ਹੋ ਗਿਆ ਹੁਣ ਤੁਹਾਨੂੰ ਆਪਾਂ ਲਸਨ ਦਾ ਵਿਜ਼ਿਟ ਕਰਾਉਨੇ ਆ ਇਹਨੂੰ ਪਾਟ ਕੇ ਦਿਖਾਉਨੇ ਦਾ ਗੰਡੀ ਜਿਹੜੀ ਆ ਵੀ ਗੰਡਾ ਦਾ ਕਿੰਨਾ ਮੋਟਾ ਕਿੰਨਾ ਨਹੀਂ ਮੋਟਾ ਕੀ ਇਹਦਾ ਸਾਈਜ਼ ਆ ਕੀ ਨਹੀਂ ਸਾਈਜ਼ ਇਹਦਾ ਹਾਂਜੀ ਜੀ ਬਾਈ ਜੀ ਵੀ ਮਾਲਕ ਤਾਂ ਬੜੀਆਂ ਇਹਦੀਆਂ ਤਾਰੀਫਾਂ ਕਰਦਾ ਬਿਸਮਿਲ੍ਲਾ ਰਹਿਮਾਨ ਰਹੀ ਬਾਈ ਜੀ ਇਹ ਤਾਂ ਪੱਟਿਆ ਨਹੀਂ ਜਾਂਦਾ ਇਹ ਪੱਟਿਆ ਗਿਆ ਜੀ ਮਿੱਟੀ ਵੀ ਨਾਲ ਹੀ ਆ ਗਈ ਆ ਆ ਇਹਦਾ ਸਾਈਜ਼ ਆ ਗੰਡੇ ਦਾ ਯਾਨੀ ਕਿ ਜਿਹੜੀਆਂ ਨਾ ਪੋਥੀਆਂ ਵਾਲਾ ਹੁੰਦਾ ਵਾ ਉਹ ਪਿਆਜ਼ ਹੀ ਕਿਹਾ ਜਾਂਦਾ ਲੇਕਿਨ ਇਹ ਬੜੀ ਅੱਛੀ ਤੇ ਬੜੀ ਪਿਆਰੀ ਵੈਰੈਟੀ ਆ ਬੜੀ ਖੂਬਸੂਰਤ ਆ ਦੇਖੋ ਨਾ ਪੱਤਾ ਭੂਕ ਬੜੀ ਨਾ ਚੌੜੇ ਪੱਤੇ ਆ ਯਾਨੀ ਕਿ ਬਰੀਕ ਪੱਤੇ ਨਹੀਂ ਇਹ ਤਾਂ ਐਵੇਂ ਹਜੇ ਦੀ ਭਾਈ ਜੀ ਮੌਸਮ ਕਾਫੀ ਜ਼ਿਆਦਾ ਹੀ ਆ ਤੇ ਲੇਕਿਨ ਇਹ ਗੰਡੇ ਦੇ ਬਰਾਬਰ ਹੋਣੀ ਹੋਇਆ ਪਿਆ ਦੇਖੋ ਨਾ ਆ ਦੇਖੋ ਖ ਭਾਈ ਜੀ 마शा माशाल्लाह ਚੰਗਾ ਅੱਛਾ ਗੰਡਾ ਬਣਿਆ ਪਿਆ ਵਾ ਵੀ ਇਹ ਹੈ ਪੋਥੀਆਂ ਵਾਲਾ ਇਹਨਾਂ ਕਹਿਣਾ ਕਿ ਇਹ ਗੰਡੇ ਦੇ ਥਾਂ ਤੇ ਵੀ ਮਾਂ ਬੋਲੀ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਵੀ ਗੰਡਾ ਤੇ ਲੇਕਨ ਇਹ ਲਸਣ ਗੰਡਾ ਕੋਈ ਨਹੀਂ ਗਾ ਲਸਣ ਆ ਭਾਈ ਜੀ ਤੁਹਾਨੂੰ ਸਾਰੇ ਦਾ ਵੀਜ਼ਿਟ ਕਰਾਉਨੇ ਆ ਹਾਂਜੀ ਜੀ ਬਾਈ ਜੀ ਮੇਰੇ ਜਿਹੜੇ ਭਰਾ ਮੇਰੇ ਦੋਸਤ ਮੇਰੇ ਵੀਰ ਮੇਰੇ ਮਿੱਤਰ ਮੇਂਗੀਆਂ ਨਵੀਆਂ ਵੀਡੀਓ ਵੇਖਦੇ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਫੋਲੋ ਕਰਨ ਕਮੈਂਟ ਦੇ ਵਿੱਚ ਸਲਾਦਾ ਹਜ਼ਾਰ ਲਾਜ਼ਮੀ ਦੱਸਣ ਮੇਰੇ ਦੋਸਤ ਮੇਰੇ ਵੀਰ ਮੇਰੇ ਭਰਾ ਪੁਰਾਣੀਆਂ ਵੀਡੀਓ ਵੇਖਦੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨ ਫੋਲੋ ਕਰਨ ਕਮੈਂਟ ਦੇ ਵਿੱਚ ਸਲਾਦਾ ਹਜ਼ਾਰ ਲਾਜ਼ਮੀ ਦੱਸਣ ਤੇ ਬਾਈ ਜੀ ਤੁਹਾਨੂੰ ਆਪਣੀਆਂ ਵੀਡੀਓ ਅੱਛੀਆਂ ਲੱਗਣ ਪਸੰਦ ਲੱਗਣ ਤੇ ਸ਼ੇਅਰ ਵੀ ਬਾਈ ਜੀ ਲਾਜ਼ਮੀ ਕਰਦਿਆ ਕਰੋ ਬੈਲ ਦਾ ਨਿਸ਼ਾਨ ਵੀ ਆਸਤਾ ਦੇ ਨੇ ਦਬਾ ਦਿਆ ਕਰੋ ਹਾਂਜੀ ਜੀ ਬਾਈ ਜੀ ਬੈਲ ਦਾ ਨਿਸ਼ਾਨ ਆਸਤਾ ਦੇਣੇ ਦਬਾ ਦਿਆ ਕਰੋ ਕਿ ਜਿਹੜੀ ਵੀ ਵੀਡੀਓ ਬਣਾਵਾ ਬਣਾਵਾ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਹਾਂਜੀ ਜੀ ਹਾਂਜੀ ਬਾਈ ਜੀ ਹੁਣ ਤੁਹਾਨੂੰ ਆਪਾਂ ਦਾ ਸਾਰੇ ਦਾ ਵਿਜ਼ਿਟ ਕਰਾ ਦਿੰਨੇ ਤਕਰੀਬਨ ਇਹ ਜਗਾ ਬਣਦੀ ਆ ਡੇਢ ਕਿ ਵਿੱਗਾ ਬਣਦਾ ਵਾ ਬਹੁਤ ਮਹਿੰਗਾ ਵੀ ਆ ਬਹੁਤ ਅੱਛਾ ਵੀ ਆ ਬਹੁਤ ਪਿਆਰਾ ਵੀ ਆ ਬੜਾ ਖੂਬਸੂਰਤੀ ਨਾਲ ਲਾਇਆ ਗਿਆ ਵਾ ਇਸ ਵਾਸਤੇ ਤੁਹਾਨੂੰ ਬਾਈ ਜੀ ਆਪਾਂ ਸਾਰੇ ਦਾ ਵਿਜ਼ਿਟ ਕਰਾ ਦਿੰਨੇ ਆ ਇਸੇ ਯਾਨੀ ਕਿ ਲਸੰਦਾ ਤਬੀਦ ਆ ਇਹ ਵੀ ਹੈਗਾ ਵਾ ਜੀ ਵਨ ਜੀਵਨ ਬੀ ਬਾਈ ਜੀ ਇਹ ਚੈਨਾ ਦਾ ਬੀ ਆ ਹਾਂਜੀ ਬਾਈ ਜੀ ਵੀ ਚੈਨਾ ਦਾ ਤਬੀਅ ਹੈ ਤੇ ਜੀਵਨ ਵੀ ਹੈ ਇਹ ਅੱਛਾ ਬੀ ਆ ਪਿਆਰਾ ਬੀ ਆ ਮਾੜਾ ਬੀ ਕੋਈ ਨਹੀਂ ਗਾ ਇਹ ਨਾ ਜ਼ਿੰਮੇਦਾਰ ਨੂੰ ਯਾਨੀ ਕਿ ਘਾਟਾ ਦੇਣ ਵਾਲਾ ਬੀ ਨਹੀਂ ਕਈ ਵੀਡੀਓ ਮੈਂ ਕਾਫੀ ਬਿੰਨਾ ਲੋਕਾਂ ਦੀਆਂ ਦੇਖਦਾ ਮਾਂ ਉਹ ਇਹ ਲਸਣ ਦੇ ਬਾਰੇ ਚ ਹਿੰਦੀਆਂ ਬਾਈ ਜੀ ਉਹ ਵੀ ਇਹੀ ਹੁੰਦੇ ਲਾਏ ਉਹਨਾਂ ਦੇ ਬੀਜੇ ਹੁੰਦੇ ਆ ਤੇ ਜਿਹੜੇ ਆਪਾਂ ਵੀਡੀਓ ਵੇਖਦੇ ਆ ਬਾਕੀ ਦੇਖ ਲੋ ਬੜਾ ਅੱਛਾ ਬੜਾ ਪਿਆਰਾ ਬੜਾ ਖੂਬਸੂਰਤ ਹੈ ਲਸਣ ਖੜਾ ਵਾ ਬੜੇ ਨਿੱਨਾ ਤੇ ਖਰਾਕ ਦੀ ਵੀ ਤੁਹਾਨੂੰ ਆਪਾਂ ਥੋੜੀ ਜੀ ਡਿਟੇਲ ਹਾਂਜੀ ਭਾਈ ਜੀ ਵੀ ਉਹ ਮਾਲਕ ਕਹਿੰਦਾ ਸੀ ਬਿਨਾ ਕਿੱਲੇ ਨੂੰ ਇੱਕ ਬੋਰੀ ਜਿਹੜੀ ਡੀਏਪੀ ਦੀ ਮੈਂ ਨਾ ਕੇਰ ਦਿੱਤੀ ਸੀ ਖੇੜਾਂ ਦੇ ਵਿੱਚ ਜਦੋਂ ਮੈਂ ਲਾਉਣ ਲੱਗਾ ਸੀਗਾ ਉਸ ਤੋਂ ਬਾਅਦ ਫਿਰ ਅੱਧੀ ਬੋਰੀ ਜਿਹੜੀ ਉਹ ਡੀਏਪੀ ਦੀ ਤੇ ਕੋਈ ਨਾ ਨਾਲ ਥੋੜਾ ਜਿਹਾ ਵੀ ਜ਼ਿੰਕ ਰੋੜਿਆ ਬਾਕੀ ਨੂੰ ਆਪਾਂ ਕੁਛ ਨਹੀਂ ਦਿੱਤਾ ਇਹੀ ਇਹਦੀ ਖਰਾਕ ਹੈ ਜਿਹੜੀ ਤੁਹਾਨੂੰ ਆਪਾਂ ਦੱਸ ਦਿੱਤੀ ਆ ਬਾਈ ਜੀ ਵੀਡੀਓ ਹੁੰਦੀ ਪਈ ਲੰਮੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਪਏ ਬਾਈ ਜੀ ਆਪਣਾ ਖਿਆਲ ਰੱਖਣਾ ਦੁਆਵਾਂ ਚ ਮੈਨੂੰ ਯਾਦ ਰੱਖਣਾ ਅੱਲਾ ਹਾਫਿਜ਼